ਬੀਜੇਪੀ ਯੁਵਾ ਮੋਰਚਾ ਦੇ ਵਰਕਰਾਂ ਵੱਲੋਂ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਪੋਲ ਖੋਲ ਕਰਦੇ ਹੋਏ ਅੱਜ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਕੈਬਨਿਟ ਮੰਤਰੀ ਪੰਜਾਬ ਭਾਰਤ ਭੂਸ਼ਣ ਆਸ਼ੂ ਦੇ ਕਾਫਲੇ ਦਾ ਆਰਤੀ ਚੌਂਕ ਵਿਖੇ ਛਣਛਣੇ ਖੜਕਾ ਵਿਰੋਧ ਕੀਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ। ਯੁਵਾ ਮੋਰਚਾ ਲੁਧਿਆਣਾ ਦੇ ਵੱਲੋਂ ਹੱਲਾ ਬੋਲ ਪੋਲ ਖੋਲ ਕਾਰਜਕ੍ਰਮ ਅੱਜ ਵੈਸਟ ਕੌਂਸਟੀਚੁਐਂਸੀ ਦੇ ਵਿੱਚ ਅਸੀਂ ਯੁਵਾ ਮੋਰਚਾ ਵੱਲੋਂ ਕਰ ਰਹੇ ਹਾਂ, ਜਿੱਥੇ ਪਹਿਲਾਂ ਇਸ ਕੌਂਸਟੀਚੁਐਂਸੀ ਕੂੜੇ ਦੇ ਢੇਰਾਂ ਬਾਰੇ ਜਿਹੜਾ ਗਪੋੜੀ ਐਮ ਪੀ ਹੈ ਉਹਨੇ ਕੂੜੇ ਦੇ ਢੇਰਾਂ ਬਾਰੇ ਕਿਹਾ ਵੀ ਮੈਂ ਲੁਧਿਆਣੇ ਕੂੜੇ ਢੇਰ ਨਹੀਂ ਲੱਗਣ ਦਊਂਗਾ। ਅਸੀਂ ਉਹ ਲੋਕਾਂ ਨੂੰ ਦਰਸਾਇਆ, ਲੋਕਾਂ ਨੂੰ ਜਾਗਰੂਕ ਕੀਤਾ ਤੁਹਾਡੇ ਚੈਨਲਾਂ ਦੇ ਮਾਧਿਅਮ ਦੇ ਨਾਲ। ਕੱਲ੍ਹ ਬੁੱਢਾ ਦਰਿਆ ਜਿਹਨੇ ਨੇ ਕਿਹਾ ਮੈਂ ਕਰੋੜਾਂ ਰੁਪਇਆ ਸਫਾਈ 'ਤੇ ਲਗਾਇਆ ਵਾ, ਉਹ ਵੀ ਤੁਹਾਡੇ ਚੈਨਲ ਰਾਹੀਂ ਲੋਕਾਂ ਨੇ ਵੀ ਦੱਸਿਆ। ਬੁੱਢੇ ਦਰਿਆ ਦੇ ਉੱਪਰ ਕੂੜੇ ਦੀ ਸੜਕ ਬਣ ਗਈ ਇੱਕ, ਉਹਦੇ ਉੱਤੇ ਲੋਕ ਚੱਲ ਸਕਦੇ ਨੇ। ਇੱਦਾਂ ਦੀਆਂ ਸੜਕਾਂ ਬਿੱਟੂ ਨੇ ਚਾਹੀਆਂ ਸੀ। ਅੱਜ ਵੈਸਟ ਕੌਂਸਟੀਚੁਐਂਸੀ ਦੇ ਵਿੱਚ ਜਿਹੜਾ ਸਰਕਾਰ ਨੇ ਯੁਵਾਵਾਂ ਨੂੰ ਵਾਅਦਾ ਕੀਤਾ ਸੀ ਸਮਾਰਟਫੋਨ ਦੇਵਾਂਗੇ, ਉਹਨਾਂ ਨੇ ਸਮਾਰਟਫੋਨ ਦੀ ਜਗ੍ਹਾ ਸੁਣਛਣੇ ਹੱਥ ਫੜਾ ਤੇ। ਐਮਐਲਏ ਦੀ ਇਹਦੇ ਵਿੱਚ ਸਾਨੂੰ ਤਾਂ ਲੱਗਿਆ ਸੀ ਦੇਰ ਸਵੇਰ ਕੈਪਟਨ ਨੂੰ ਯਾਦ ਹੈ ਯੁਵਾਵਾਂ ਦੀ, ਉਹਨੇ ਸਮਾਰਟਫੋਨ ਲਾਂਚ ਕੀਤਾ, ਬਿੱਟੂ ਦੀ ਫੋਟੋ ਲਾ ਕੇ ਹੀ ਸਹੀ। ਪਰ ਸਾਥੀਓ ਜਦੋਂ ਦੇਖਿਆ ਤੇ ਕੱਲੀਆਂ ਡੰਮੀਆਂ ਸੀ, ਉਹਨਾਂ ਨੇ ਸਮਾਰਟਫੋਨ ਨਹੀਂ ਕੱਲੀ ਡੰਮੀਆਂ ਯੁਵਾਵਾਂ ਦੇ ਹੱਥ ਫੜਾ ਦਿੱਤੀਆਂ। ਐਸੀ ਧੋਖੇਬਾਜ ਸਰਕਾਰ। ਸਾਥੀ ਪੁੱਛ ਰਹੇ ਸੀ ਵੀ ਤੁਸੀਂ ਇਹ ਪ੍ਰੋਗਰਾਮ ਹੁਣ ਕਿਉਂ ਕਰ ਰਹੇ ਹੋ? ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਜਿਹੜਾ ਝੂਠਾ ਬਿੱਟੂ ਸੀ, ਝੂਠੇ ਬਿੱਟੂ ਨੇ ਸ਼ਹਿਰ ਦੇ ਹੋਰਡਿੰਗ ਲਗਾ ਦਿੱਤੇ, ਮੈਂ ਕਰੋੜਾਂ ਰੁਪਇਆ ਦੇ ਕੰਮ ਕੀਤੇ, ਲੇਕਿਨ ਅਸੀਂ ਇੱਕ ਇੱਕ ਮੁੱਦੇ ਨੂੰ ਲੈ ਕੇ ਗਲੀ ਗਲੀ ਮੁਹੱਲੇ ਮੁਹੱਲੇ ਲੋਕਾਂ 'ਚ ਜਾ ਰਹੇ ਹਾਂ ਵੀ ਜਿਹੜੇ ਉਹ ਬੋਰਡ ਲੱਗੇ ਆ ਉਹ ਝੂਠ ਦਾ ਪੁਲਿੰਦਾ ਵੈ, ਇਹਦਾ ਚਿਹਰਾ ਅਸੀਂ ਬੇਨਕਾਬ ਕਰਨਾ ਤਾਂ ਕਿ ਲੁਧਿਆਣੇ ਦੇ ਲੋਕਾਂ ਨੂੰ ਆਉਣ ਵਾਲੇ 5 ਸਾਲਾਂ 'ਚ ਸੰਤਾਪ ਨਾ ਭੋਗਣਾ ਪਵੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।